ਅਸੀਂ ਨੇ ਅਗਲੇ ਕਾਲਰ ਨਾਲ ਹੈਲੋ ਹੈਲੋ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਜੀ ਮੈਂ ਇੰਡੀਆ ਨੂੰ ਜਾਣਾ ਚਾਹੁੰਦਾ ਆ ਤਾਂ ਆਪਣੇ ਪਾਸਪੋਰਟ ਤੇ ਮੈਂ ਤਾਂ ਜਾ ਸਕਦਾ ਕੋਈ ਪ੍ਰੋਬਲਮ ਤਾਂ ਨਹੀਂ ਪੈਂਦੀ ਹਾਂਜੀ ਮੈਂ ਇੰਡੀਆ ਨੂੰ ਜਾਣਾ ਚਾਹੁੰਦਾ ਇਦਾਂ ਕੋਈ ਪ੍ਰੋਬਲਮ ਤਾਂ ਨਹੀਂ ਪੈਂਦੀ ਜਾਂ ਪ੍ਰੋਬਲਮ ਕਾਦੀ ਪੈਣੀ ਆ ਉਹ ਕੋਈ ਵੀ ਪ੍ਰੋਬਲਮ ਪੈਣੀ ਜਾਣ ਵਾਲੇ ਤਾਂ ਕੱਖ ਨਹੀਂ ਕਹਿੰਦੇ ਇਹ ਅੱਛਾ ਜੀ ਹਾਂ ਤਾਂ ਮੈਨੂੰ ਜਿੱਦਾਂ ਕਾਫੀ ਚਿਰ ਹੋ ਗਿਆ 7-8 ਸਾਲ ਹੋ ਗਿਆ ਜਿੱਦਾਂ ਮੇਰੇ ਕੋਲ ਪਾਸਪੋਰਟ ਹੈ ਨਹੀਂ ਸੀ ਜਦ ਮੈਂ ਮੇਰੇ ਫਿੰਗਰਪ੍ਰਿੰਟ ਵੀ ਹੋਏ ਨਹੀਂ ਹੁਣ ਪਾਸਪੋਰਟ ਹੈਗਾ ਤੁਹਾਡੇ ਕੋਲ ਹਾਂਜੀ ਹੈਗਾ ਆ ਬਸ ਫਿਰ ਠੀਕ ਹੈ ਪਾਸਪੋਰਟ ਇੱਥੇ ਦਾ ਇਸ਼ੂ ਹੋਇਆ ਨਹੀਂ ਹੈਗਾ ਤਾਂ ਇੰਡੀਆ ਦਾ ਇਸ਼ੂ ਹੋਇਆ ਇੰਡੀਆ ਦਾ ਇਸ਼ੂ ਹੋਇਆ ਹਾਂਜੀ ਤਾਂ ਉੱਤੇ ਕੋਈ ਮੋਰ ਹੈਗੀ ਐਗਜ਼ਿਟ ਦੀ ਜਾਂ ਨਹੀਂ ਨਹੀਂ ਉੱਥੇ ਹੀ ਤਾਂ ਹੈਗੀ ਇਸ਼ੂ ਹੋਈ ਤੇ ਇੱਥੇ ਵੀ ਨਹੀਂ ਹੈਗੀ ਨਹੀਂ ਉਹਦਾ ਇੰਡੀਆ ਛੱਡਣ ਦੀ ਕੋਈ ਮੋਰ ਹੈਗੀ ਆ ਨਹੀਂ ਉਹ ਨਹੀਂ ਮੇਰੇ ਕੋਲ ਹੈਗੀ ਉੱਥੇ ਖਾਲੀ ਪਾਸਪੋਰਟ ਆ ਹਾਂਜੀ ਪਾਸਪੋਰਟ ਹੈਗਾ ਜਿਹਦਾ ਕੋਈ ਨਾ ਕੋਈ ਸਟੈਂਪ ਨੂੰ ਜਿਹਦਾ ਬਣਿਆ ਹੈਗਾ ਉੱਥੇ ਦਾ ਨਹੀਂ ਜੇ ਖਾਲੀ ਪਾਸਪੋਰਟ ਆ ਫੇਰ ਨਾ ਜਾਈ ਉੱਤੇ ਅੱਛਾ ਜੀ ਫੇਰ ਤੈਨੂੰ ਘੇਰ ਲੈਣਾ ਉੱਥੇ ਇੰਡੀਆ ਵਾਲਿਆਂ ਨੇ ਅੱਛਾ ਜੀ ਉਹਨਾਂ ਨੇ ਕਹਿਣਾ ਤੂੰ ਗਿਆ ਕਿੱਦਾਂ ਆ ਇੰਡੀਆ ਬਿਨਾ ਵੀਜ਼ੇ ਤੋਂ ਛੱਡਣਾ ਜੁਰਮ ਆ ਉੱਥੇ ਸਿੱਧਾ ਤਿਹਾੜ ਜੇਲ੍ਹ ਪਾਉਂਦੇ ਆ ਤੇ ਫਿਰ 420 ਦਾ ਕੇਸ ਲੱਗਣਾ ਅੱਛਾ ਜੀ ਇਹ ਨਾ ਬੈਟਰ ਹੈ ਇੱਥੋਂ ਸਲਿੱਪ ਲੈ ਜਾ ਜਾਂ ਤੂੰ ਫਿਰ ਇੱਥੋਂ ਪਾਸਪੋਰਟ ਇਸ਼ੂ ਕਰਾ ਲਾ ਅੱਛਾ ਜੀ ਉਹ ਉਸ ਜਿਹੜਾ ਉਹ ਪਾਸਪੋਰਟ ਇਸ਼ੂ ਹੋ ਸਕਦਾ ਜਿਹੜਾ ਹੈਗਾ ਮੇਰੇ ਕੋ ਕਿਹੜਾ ਪਾਸਪੋਰਟ ਉਹ ਤੇ ਵੀਜ਼ਾ ਲੱਗਾ ਕੋਈ ਨਹੀਂ ਵੀਜ਼ਾ ਨਹੀਂ ਹੈਗਾ ਉੱਥੇ ਕੋਈ ਭਾਜੀ ਨਹੀਂ ਫਿਰ ਉਹ ਪਾਸਪੋਰਟ ਤਾਂ ਯੂਜ਼ ਨਹੀਂ ਹੋਣਾ ਨਾ ਤੇਰਾ ਉਹ ਪਾਸਪੋਰਟ ਐਮਬੈਸੀ ਨੂੰ ਦਿਖਾਲ ਦੇ ਤੇ ਦੱਸੇ ਕਿ ਮੈਨੂੰ ਸਲਿੱਪ ਚਾਹੀਦੀ ਆ ਹਾਂਜੀ ਹਾਂਜੀ ਤੇ ਸਲਿੱਪ ਮਿਲ ਜੂਗੀ ਫਿਰ ਉੱਥੇ ਜਾ ਫਿਰ ਫਿਰ ਨਹੀਂ ਕੋਈ ਪ੍ਰੋਬਲਮ ਹੁੰਦੀ ਹਾਂਜੀ ਅੱਛਾ ਜੀ ਓਕੇ ਜੀ ਲੱਗਦਾ ਮਿਲ ਨੂੰ ਓਕੇ ਜੀ ਓਕੇ ਜੀ ਭਾਜੀ ਓਕੇ ਜੀ ਓਕੇ ਹੁਣ ਅਸੀਂ ਜਾਂਦੇ ਬ੍ਰੇਕ ਵੱਲ ਤਾਂ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ